नौजवान पीढ़ी दे विच अपना अहम स्थान रखने वाले दीप सिद्धू दी अस्थियां अज गुरुद्वारा श्री पतालपुरी साहब विखे परिवारक मैंबरां वालों नम अखां दे नाल जल प्रवाह कीतियां गईयां हन। इस दौरान वड्डी गिणती विच उन्हां दे मित्र सज्जन भी मौजूद सन। परिवारक मैंबरां वालों पहलां गुरुद्वारा श्री पतालपुरी साहब विखे पहुंच के दीप सिद्धू की अंतिम अरदास पाठी सिंह वालों करवाई गई, जिस तों बाद नम अखां दे नाल उन्हां अस्थियां नूं जल प्रवाह कीता। अस्थियां जल प्रवाह करन तों बाद गुरुद्वारा साहब च नतमस्तक होए परिवारक मैंबरां नूं गुरुद्वारे दे प्रबंधक कमेटी ने सन्मानित किया। इस दुख की घड़ी दे विच दीप सिद्धू की माता गुरविंदर कौर, चाचा बेदी सिंह, धर्मपत्नी नम्रता कौर, बेटी रेने सिद्धू अते होर परिवारक मैंबर ते सज्जन दोस्त मौजूद सन। ਜਥੇਬੰਦੀ ਬਾਈ ਦੀਪ ਨੇ ਸ਼ੁਰੂ ਕੀਤੀ ਸੀ, ਪਰ ਕੱਲ੍ਹ ਜਿਹੜੀਆਂ ਆਖਰੀ ਰਸਮਾਂ ਉਹ ਸਾਰਾ ਪਰਿਵਾਰਕ ਕੰਮ ਸੀਗਾ। ਇਹ ਉਹ ਜਿਹੜਾ ਆਖਰੀ ਰਸਮਾਂ ਉਹ ਜਥੇਬੰਦੀ ਤੋਂ ਉੱਪਰ ਉੱਠ ਕੇ ਸੀ, ਉਹ ਸਾਰੀਆਂ ਪਰਿਵਾਰ ਨੇ ਹੀ ਪੂਰੀਆਂ ਕਰਨੀਆਂ ਸੀ। ਸਾਰੀ ਜਥੇਬੰਦੀ ਨੇ ਸਾਡਾ ਸਾਥ ਦਿੱਤਾ, ਮੇਰੇ ਨਾਲ ਖੜ੍ਹੇ ਰਹੇ, ਸਾਰਾ ਕੰਮ ਕਾਰਜ ਕੀਤਾ ਉਹਨਾਂ ਨੇ ਆ ਮੈਨੂੰ ਮੂਹਰੇ ਲਾ ਕੇ। ਹੁਣ ਜਿਹੜਾ ਅੱਗੇ ਕਾਰਜ ਹੋਊਗਾ ਉਹ ਜਥੇਬੰਦੀ ਕਰੂਗੀ, ਉਹਨਾਂ ਨਾਲ ਮੈਂ ਹਮੇਸ਼ਾ ਖੜਾਂਗਾ। ਬਾਈ ਵਾਲੀ ਥਾਂ ਤਾਂ ਚਲੋ ਮੈਂ ਨਹੀਂ ਲੈ ਸਕਦਾ, ਪਰ ਉਹਨਾਂ ਨਾਲ ਹਮੇਸ਼ਾ ਮੈਂ ਨਾਲ ਰਹੂੰਗਾ ਜੀ। ਵੇਖੋ, ਇਹਦੇ 'ਚ ਕੋਈ ਸ਼ੱਕ ਨਹੀਂ ਕਿ ਜਿਹੜੀਆਂ ਧਰਮ ਦੀਆਂ ਮਰਿਆਦਾ ਹੁੰਦੀਆਂ ਨੇ ਉਹਨਾਂ ਮਰਿਆਦਾ ਦੇ ਅਦਾਰੇ ਦੇ ਵਿੱਚ ਰਹਿੰਦੇ ਹਾਂ। ਜਿਹੜੇ ਜਿਹੜੇ ਇਸ ਤਰ੍ਹਾਂ ਦੇ ਸਾਨੂੰ ਸੰਸਕਾਰ ਨੇ ਉਹ ਨਿਭਾਉਣੇ ਪੈਂਦੇ ਨੇ ਕਿ ਕੱਲ੍ਹ ਉਸ ਦੀ ਅੰਤਮ ਅਰਦਾਸ ਤੋਂ ਬਾਅਦ ਅੱਜ ਉਹਦਾ ਪਰਿਵਾਰ ਜਿਹੜਾ ਸੀ ਜਾਂ ਉਹਦੇ ਪਰਿਵਾਰ ਨਾਲ ਜੁੜੇ ਹੋਏ ਕੁਛ ਮੈਂਬਰ ਜਿਹੜੇ ਨੇ ਉਹ ਇੱਥੇ ਗੁਰਦੁਆਰਾ ਪਤਾਲਪੁਰੀ ਕੀਰਤਪੁਰ ਸਾਹਿਬ ਉਹਦੇ ਜਿਹੜੇ ਅਸਥ ਸੀਗੇ ਉਹ ਜਲ ਪ੍ਰਵਾਹ ਕਰਨ ਵਾਸਤੇ ਆਏ ਹਾਂ। ਕੋਈ ਸ਼ੱਕ ਨਹੀਂ ਕਿ ਬਹੁਤ ਵੱਡਾ ਘਾਟਾ ਪਿਆ ਪਰਿਵਾਰ ਦੇ ਵਾਸਤੇ, ਔਰ ਜਿਸ ਤਰ੍ਹਾਂ ਦੇ ਨਾਲ ਉਸਨੇ ਆਪਣੀਆਂ ਬੋਲਾਂ ਦੇ ਨਾਲ ਆਪਣੇ ਸ਼ਬਦਾਂ ਦੇ ਨਾਲ ਪੰਜਾਬ ਦੀ ਨੌਜਵਾਨੀ ਦੀ ਮਾਨਸਿਕਤਾ ਨੂੰ ਹਲੂਣਿਆ, ਔਰ ਜਿੰਨੇ ਥੋੜ੍ਹੇ ਸਮੇਂ ਦੇ ਵਿੱਚ ਉਸਨੇ ਬਹੁਤ ਸਾਰੀਆਂ ਚੁਣੌਤੀਆਂ ਜਾਂ ਵਿਰੋਧਤਾਵਾਂ ਦਾ ਕਹਿ ਸਕਦੇ ਹੋ ਕਿ ਮੁਕਾਬਲਾ ਕਰਦੇ ਹੋਏ ਵੀ ਆਪਣਾ ਫਿਰ ਇੱਕ ਸਥਾਨ ਜਿਹੜਾ ਸੀ ਪੰਜਾਬ ਲੋਕਾਂ ਦੀ ਮਾਨਸਿਕਤਾ ਦੇ ਵਿੱਚ ਕਾਇਮ ਕੀਤਾ। ਉਹਦੇ ਕਰਕੇ ਲੋਕਾਂ ਦੇ ਮਨ ਦੇ ਵਿੱਚ ਇਸ ਚੀਜ਼ ਦਾ ਬੜਾ ਸਦਮਾ ਵੀ ਲੱਗਾ, ਧੱਕਾ ਵੀ ਲੱਗਾ। ਮੈਨੂੰ ਇੰਝ ਲੱਗਦਾ ਕਿ ਮੈਂ ਸ਼ਾਇਦ ਪਹਿਲੀ ਵਾਰੀ ਇਸ ਤਰ੍ਹਾਂ ਦਾ ਕੋਈ ਅੰਤਮ ਅਰਦਾਸ ਦਾ ਸਮਾਗਮ ਵੇਖਿਆ ਕਿ ਇੰਨੀ ਵੱਡੀ ਗਿਣਤੀ ਵੀ ਹੋਵੇ ਅਤੇ ਲੋਕ ਫਿਰ ਵੀ ਸ਼ਾਂਤੀ ਦੇ ਨਾਲ, ਪਿਆਰ ਦੇ ਨਾਲ ਜਿਹੜਾ ਸੀਗਾ ਉੱਥੋਂ ਕੱਲ੍ਹ ਸ਼ਾਮ ਤੱਕ ਜਿਹੜੇ ਸੀਗੇ ਉਹ ਵਿਦਾ ਹੋਏ। ਦੇਖੋ ਜੀ, ਜਿਹੜਾ ਕੱਲ੍ਹ ਵਾਲਾ ਪ੍ਰੋਗਰਾਮ ਸੀਗਾ ਅੰਤਮ ਅਰਦਾਸ ਦਾ, ਬਾਈ ਦੀ ਡੈਥ ਤੋਂ ਲੈ ਕੇ ਕੱਲ੍ਹ ਤੱਕ ਦੇ ਸਾਰੇ ਪ੍ਰੋਗਰਾਮ ਜਿਹੜੇ ਉਹ ਪਰਿਵਾਰ ਦੇ ਸੀਗੇ ਅਤੇ ਪਰਿਵਾਰ ਨੇ ਹੀ ਅੰਤਮ ਰਸਮਾਂ ਨਿਭਾਈਆਂ ਸੀਗੀਆਂ, ਬਟ ਜਥੇਬੰਦੀ ਦਾ ਬੈਕ ਤੋਂ ਪੂਰੀ ਸਪੋਰਟ ਸੀਗੀ। ਅਸੀਂ ਬਾਈ ਮਨਦੀਪ ਨੂੰ ਮੂਹਰੇ ਲਾ ਕੇ ਹੀ ਉਹਨਾਂ ਦੀ ਬੈਕ ਤੋਂ ਸਾਰੀ ਸਾਡੀ ਜਥੇਬੰਦੀ ਨੇ ਉਸ ਤਰ੍ਹਾਂ ਹੀ ਜਾਬਤੇ ਦੇ ਵਿੱਚ ਰਹਿ ਕੇ ਸਪੋਰਟ ਕੀਤੀ ਆ। ਅਸੀਂ ਜਥੇਬੰਦੀ ਦਾ ਕੋਈ ਵੀ ਚਿਹਰਾ ਜਾਂ ਕੁਛ ਵੀ ਉੱਥੇ ਮੂਹਰੇ ਇਸ ਕਰਕੇ ਨਹੀਂ ਕੀਤਾ ਕਿਉਂਕਿ ਅਸੀਂ ਪਰਿਵਾਰ ਨੂੰ ਹੀ ਮੂਹਰੇ ਰੱਖਣਾ ਚਾਹੁੰਦੇ ਸੀਗੇ, ਤਾਂ ਕਿ ਜਿਹੜਾ ਇਹ ਜਿਹੜਾ ਕੱਲ੍ਹ ਵਾਲਾ ਪ੍ਰੋਗਰਾਮ ਸੀਗਾ ਇਹ ਕਿਸੇ ਇੱਕ ਜਥੇਬੰਦੀ ਜਾਂ ਇੱਕ ਜਾਂ ਕਹਿ ਲਈਏ ਵੀ ਇੱਕ ਸੰਸਥਾ ਤੱਕ ਸੀਮਤ ਨਹੀਂ ਸੀਗਾ। ਉੱਥੇ ਪੂਰਾ ਪੰਜਾਬ, ਈਵਨ ਕਿ ਪੂਰੀ ਨਾਨਕ ਲੇਵਾ ਸੰਗਤ ਜਿਹੜੀ ਸੀਗੀ, ਨਾਨਕ ਨਾਮ ਲੇਵਾ ਸੰਗਤ, ਉਹ ਸਾਰੀ ਪਹੁੰਚੀ ਹੋਈ ਸੀ। ਯੂਨੀਅਨ ਦੇ ਤੁਸੀਂ ਪ੍ਰਧਾਨ ਹੋ ਸ਼੍ਰੀ ਆਨੰਦਪੁਰ ਸਾਹਿਬ ਤੋਂ, ਅੱਜ ਦੀਪ ਸਿੱਧੂ ਨੂੰ ਅੰਤਿਮ ਜਿਹੜੇ ਸ਼ਰਧਾਂਜਲੀ ਦੇਣ ਪਹੁੰਚੇ ਹੋ, ਕਿਵੇਂ ਦੇਖ ਰਹੇ ਹੋ? ਅੱਜ ਜਿਹੜਾ ਸ਼ਹੀਦ ਬਾਈ ਦੀਪ ਸਿੱਧੂ ਹੋਇਆ ਸੀ, ਕੱਲ੍ਹ ਉਹਨਾਂ ਦਾ ਭੋਗ ਫਤਿਹਗੜ੍ਹ ਸਾਹਿਬ ਸੀ, ਉੱਥੇ ਵੀ ਅਲੱਗ ਅਲੱਗ ਜਥੇਬੰਦੀਆਂ, ਕਿਸਾਨ ਜਥੇਬੰਦੀਆਂ ਅਤੇ ਇਹਨਾਂ ਚੀਜ਼ਾਂ ਤੋਂ ਸਾਰੀਆਂ ਤੋਂ ਉੱਪਰ ਉੱਠ ਕੇ ਹਰ ਲੋਕ ਜਿਹੜੇ ਬਾਈ ਨੂੰ ਪਿਆਰ ਕਰਦੇ ਸੀ ਉਹ ਪਹੁੰਚੇ ਆ। ਅੱਜ ਇੱਥੇ ਪਤਾਲਪੁਰੀ ਸਾਹਿਬ ਬਾਈ ਜੀ ਦੇ ਜਿਹੜੇ ਫੁੱਲ ਹੈ ਉਹ ਵਿਸਰਜਿਤ ਕੀਤੇ ਗਏ ਆ, ਉਹਦੇ ਵਿੱਚ ਵੀ ਆਮ ਲੋਕਾਂ ਨਾਲ ਜਿਹੜੇ ਬਾਈ ਨੂੰ ਪਿਆਰ ਕਰਦੇ ਸੀ ਜਾਂ ਕਿਸਾਨ ਜਥੇਬੰਦੀਆਂ, ਮਜ਼ਦੂਰ ਹੋਰ ਸਾਰਿਆਂ ਨੇ ਵੱਧ ਚੜ੍ਹ ਕੇ ਆ ਕੇ ਬਾਈ ਨੂੰ ਜਿਹੜਾ ਅੰਤਿਮ ਜਿਹੜੀ ਹੈ ਉਹ ਵਿਦਾਈ ਦਿੱਤੀ ਹੈ, ਇੱਕ ਤਰ੍ਹਾਂ ਉਹਨਾਂ ਦੇ ਫੁੱਲ ਜਿਹੜੇ ਵਿਸਰਜਿਤ ਕੀਤੇ ਆ, ਔਰ ਵਾਹਿਗੁਰੂ ਕੋਲੋਂ ਇਹ ਅਰਦਾਸ ਕਰਦੇ ਹਾਂ ਕਿ ਉਹਨਾਂ ਦੀ ਜਿਹੜੀ ਵਿਛੜੀ ਰੂਹ ਹੈ ਆਤਮਾ ਨੂੰ ਆਪਣੇ ਚਰਨਾਂ 'ਚ ਨਮਾਜ਼ ਬਖਸ਼ੇ, ਔਰ ਜਿਹੜੀ ਉਹਨਾਂ ਦੀ ਸੋਚ ਹੈ ਉਹ ਲੋਕਾਂ ਦੇ ਵਿੱਚ ਜਾ ਕੇ ਜਾਬਤੇ ਦੇ ਵਿੱਚ ਰਹਿ ਕੇ ਲੋਕਾਂ 'ਚ ਜਾ ਕੇ ਜਿਹੜੇ ਹੈ ਉਹ ਕੰਮ ਬਾਈ ਦੀ ਸੋਚ ਨੂੰ ਆਪਾਂ ਪੂਰਾ ਕਰੀਏ। ਸੋ ਬਹੁਤ ਬਹੁਤ ਧੰਨਵਾਦ। ਸ਼੍ਰੀ ਆਨੰਦਪੁਰ ਸਾਹਿਬ ਤੋਂ ਬਿਮਲ ਕੁਮਾਰ ਦੀ ਰਿਪੋਰਟ, ਪੰਜਾਬ ਟੂਡੇ।